ਪੁਲਿਸ ਨੇ ਇੱਕ ਸ਼ਾਤਿਰ ਚੋਰ ਨੂੰ ਗ੍ਰਿਫਤਾਰ ਕੀਤਾ ਜੋ ਆਪਣੀ ਪੜ੍ਹਾਈ ਦਾ ਨਾਜਾਇਜ਼ ਫਾਇਦਾ ਚੁੱਕ ਰਿਹਾ ਸੀ। ਪੁਲਿਸ ਦੇ ਹੱਥੇ ਚੜਿਆ ਦੀਪਕ ਗਿੱਲ ਨਾਂ ਦਾ ਨੌਜਵਾਨ ਅੰਮ੍ਰਿਤਸਰ ਦੀ ਇੱਕ ਐਡਵਾਂਸ ਗ੍ਰਾਫਿਕ ਸਰਵਿਸ ਨਾਂ ਦੀ ਕੰਪਨੀ 'ਚ ਇੰਜੀਨੀਅਰ ਦੇ ਤੌਰ ਤੇ ਕੰਮ ਕਰਦਾ ਸੀ। ਇਸ ਕੰਪਨੀ ਦਾ ਕੰਮ ਹੈ ਕਿ ਜੇਕਰ ਕੋਈ ਏਟੀਐਮ ਖਰਾਬ ਹੋ ਜਾਂਦਾ ਤਾਂ ਇਹ ਆਪਣੀਆਂ ਸੇਵਾਵਾਂ ਦਿੰਦੀ ਹੈ। ਪੁਲਿਸ ਦੇ ਮੁਤਾਬਕ ਇਸ ਸ਼ਖਸ ਦੇ ਕੋਲ ਏਟੀਐਮ ਦਾ ਇੱਕ ਡਿਫਾਲਟ ਪਾਸਵਰਡ ਸੀ, ਜਿਸ ਦੇ ਚਲਦਿਆਂ ਪਹਿਲਾਂ ਇਸਨੇ ਏਟੀਐਮ ਦੇ ਵਿੱਚੋਂ 9,45,000 ਰੁਪਏ ਚੋਰੀ ਕੀਤੇ, ਜਦਕਿ ਇਸ ਦੇ ਬਾਅਦ ਪਿਛਲੇ ਮਹੀਨੇ 12 ਅਗਸਤ ਨੂੰ 8.5 ਲੱਖ ਰੁਪਏ ਦੀ ਹੋਰ ਚੋਰੀ ਨੂੰ ਅੰਜਾਮ ਦਿੱਤਾ। ਇੱਕ ਦਾ ਨਾਮ ਦੀਪਕ ਗਿੱਲ ਹੈਗਾ, ਦੂਜਾ ਸ਼ਮਸ਼ੇਰ ਹੈਗਾ। ਇਹ ਇਹਦੇ 'ਚ ਵੀ ਦੋ ਕੇਸਿਸ ਜਿਹੜੇ ਟਰੇਸ ਆਊਟ ਹੋਏ ਹੈਗੇ। ਇੱਕ ਤਾਂ ਕੁਛ ਟਾਈਮ ਪਹਿਲਾਂ ਏਟੀਐਮ ਦੇ ਵਿੱਚੋਂ ਮਈ ਮਹੀਨੇ ਦੀ ਗੱਲ ਹੈਗੀ ਹੈ, ਉਹਦੇ ਵਿੱਚ ਕੁਛ ਕੋਟ ਵਗੈਰਾ ਲਗਾ ਕੇ ਅਰਾਊਂਡ 9 ਲੱਖ ਤੋਂ ਜ਼ਿਆਦਾ ਪੈਸਾ ਨਿਕਲਿਆ ਸੀਗਾ ਏਟੀਐਮ ਵਿੱਚੋਂ। ਇਸੇ ਤਰੀਕੇ ਨਾਲ ਆ 12 ਅਗਸਤ ਨੂੰ ਗੇਟ ਹਕੀਮਾ ਥਾਣੇ ਦੇ ਏਰੀਆ ਦੇ ਵਿੱਚੋਂ ਪੈਸਾ ਨਿਕਲਿਆ ਸੀਗਾ, ਤਕਰੀਬਨ 8 ਲੱਖ ਦੇ ਕਰੀਬ ਇਹ ਵੀ ਅਮਾਊਂਟ ਸੀਗੀ। ਸੋ ਕਾਫੀ ਹੈਵੀ ਅਮਾਊਂਟ, ਐਂਡ ਟਿਪਿਕਲੀ ਇਹ ਨਜ਼ਰ ਆਉਂਦਾ ਸੀ ਕਿ ਏਟੀਐਮ ਨੂੰ ਤੋੜਿਆ ਨਹੀਂ ਗਿਆ ਹੈਗਾ, ਉਹਦੇ 'ਚ ਕੋਈ ਡੈਮੇਜ ਨਹੀਂ ਹੈਗਾ। ਸੋ ਕੋਈ ਨਾ ਕੋਈ ਇਹੋ ਜਿਹਾ ਸਾਨੂੰ ਇੰਡੀਕੇਸ਼ਨ ਸੀਗੀ ਕਿ ਕਿਸੇ ਨੂੰ ਭੇਤੀ ਬੰਦਾ ਹੈਗਾ, ਕੋਈ ਇਨਸਾਈਡਰ ਜੋਬ ਹੈਗੀ ਹੈ। ਸੋ ਉਹਦੀ ਲੜੀ ਦੇ ਵਿੱਚ ਹੀ ASI ਰਾਜਕੁਮਾਰ, SHO ਗੇਟ ਹਕੀਮਾ, ਪਲੱਸ ਇਹਨਾਂ ਦੀ ਸਾਰੀ ਟੀਮ ਜਿਹੜੀ ADCP ਸਿਟੀ 1, ACP ਸੈਂਟਰਲ ਦੇ ਤਹਿਤ ਇਹਨਾਂ ਨੇ ਇਸ ਕੇਸ ਨੂੰ ਟਰੇਸ ਕੀਤਾ ਹੈਗਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮੁਤਾਬਕ ਹਾਲਾਂਕਿ ਕਿਸੇ ਕਾਰਨ ਕਰਕੇ ਇਸ ਸ਼ਖਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਪਰ ਹਾਲੇ ਵੀ ਬਹੁਤ ਸਾਰੇ ਬੈਂਕ ਏਟੀਐਮ ਖਰਾਬ ਹੋਣ ਦੀ ਸੂਰਤ ਦੇ ਵਿੱਚ ਇਸ ਨੂੰ ਬੁਲਾਉਂਦੇ ਸਨ ਤੇ ਇਸੇ ਦਾ ਫਾਇਦਾ ਚੁੱਕ ਕੇ ਇਸ ਸ਼ਖਸ ਉਸ ਥਾਂ ਦੀ ਪਹਿਲਾਂ ਵੀਡੀਓ ਬਣਾਉਂਦਾ ਸੀ ਅਤੇ ਬਾਅਦ ਦੇ ਵਿੱਚ ਡਿਫਾਲਟ ਪਾਸਵਰਡ ਯੂਜ਼ ਕਰਕੇ ਏਟੀਐਮ ਦੇ ਵਿੱਚ ਚੋਰੀ ਨੂੰ ਅੰਜਾਮ ਦਿੰਦਾ ਸੀ, ਜਦਕਿ ਪੁਲਿਸ ਨੇ ਹੁਣ ਇਸ ਸ਼ਖਸ ਦੇ ਕੋਲੋਂ ਲੱਖਾਂ ਦੀ ਰਿਕਵਰੀ ਵੀ ਕਰ ਲਈ ਹੈ। ਇਹਨੂੰ ਕੰਪਨੀ 'ਚੋਂ ਕੱਢ ਦਿੱਤਾ ਗਿਆ ਸੀਗਾ, ਇਹ ਚੀਜ਼ ਪ੍ਰੋਪਰਲੀ ਸ਼ੇਅਰ ਨਹੀਂ ਕੀਤੀ ਗਈ ਅਲੱਗ ਅਲੱਗ। ਸੋ ਹਜੇ ਵੀ ਇਹਨੂੰ ਡਿਫਰੈਂਟ ਬੈਂਕਸ ਵਾਲੇ ਜਦੋਂ ਕੋਈ ਪ੍ਰੋਬਲਮ ਆਉਂਦੀ ਸੀ ਜਾਂ ਕੋਈ ਮੈਟਰ ਹੁੰਦਾ ਸੀ, ਇਹਨੂੰ ਕਈ ਵਾਰ ਬੁਲਾ ਲੈਂਦੇ ਸੀ ਹਜੇ ਵੀ। ਸੋ ਉਸੇ ਪ੍ਰੋਸੈਸ 'ਚ ਇਹ ਕੀ ਕਰਦਾ ਸੀ ਕਿ ਆਪਣੇ ਮੋਬਾਈਲ ਨਾਲ ਜਦੋਂ ਕੋਈ ਉਹਦੇ 'ਚ ਕੋਡ ਪਾ ਰਿਹਾ ਜਾਂ ਕੁਛ ਕਰ ਰਿਹਾ ਤਾਂ ਉਹਦਾ ਇੱਕ ਵੀਡੀਓ ਬਣਾ ਲੈਂਦਾ ਸੀ, ਅਤੇ ਉਹ ਵੀਡੀਓ ਬਣਾ ਕੇ ਉਹਦੇ ਤੋਂ ਫਿਰ ਇਹਨੂੰ ਚੂੰਕਿ ਨੌਲੇਜ ਕਾਫੀ ਹੈਗੀ ਹੈ, ਉਹ ਜ਼ੂਮ ਕਰਕੇ ਉਹਦੇ 'ਤੇ ਫਿਰ ਉਹ ਕੋਡ ਕੱਢ ਕੇ ਅਤੇ ਉਸ ਕੋਡ ਦੇ ਵਿੱਚੋਂ ਫਿਰ ਫਰਦਰ ਕਰਦਾ ਸੀ। ਸੋ ਇਹਨੇ ਆਲਰੇਡੀ ਇਹ 2 ਵਾਰਦਾਤਾਂ ਆਲਰੇਡੀ ਕੀਤੀਆਂ ਹੈਗੀਆਂ। ਤੀਜੀ ਵਾਰਦਾਤ ਵੀ ਇਹਨੇ ਆਪਣਾ ਟਾਰਗੇਟ ਇੱਕ ਹੋਰ ਬੈਂਕ ਹੈਗਾ ਏਅਰਪੋਰਟ ਦੇ ਨੇੜੇ, ਉਹ ਆਈਡੈਂਟੀਫਾਈ ਕਰ ਲਿਆ ਸੀ, ਉਹਦੀ ਰੈਕੀ ਕਰ ਚੁੱਕਿਆ ਹੈਗਾ ਸੀ। ਸੋ ਦਿਸ ਇਜ਼ ਅ ਵੈਰੀ ਟਿਪੀਕਲ ਕੇਸ ਜਿਹਦੇ 'ਚ ਮੇਜਰ ਅਰੈਸਟ ਹੋ ਗਈਆਂ ਹੈਗੀਆਂ, ਆਲਰੇਡੀ ਰਿਕਵਰੀਜ਼ ਜਿਹੜੀਆਂ 4,20,000 ਦੇ ਕਰੀਬ ਦੀ ਹੋ ਚੁੱਕੀ ਹੈ। ਅੰਮ੍ਰਿਤਸਰ ਤੋਂ ਸਿਕੰਦਰ ਪਸਰੀਚਾ ਦੀ ਰਿਪੋਰਟ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।